ਉਹ ਵੇਖ ਉੱਤੇ ਮੈਨੂੰ ਕਾਲੀ ਚੁੰਨੀ ਦੇ ਦਿੱਤੀ ਸੋ ਮੇਰੀ ਹੁਣ ਹੁਣ ਸ਼ਾਦੀ ਹੋਈ ਏ ਤੇ ਆਪ ਉਹਨੂੰ ਗੁਲਾਬੀ ਵੀ ਚੁੰਨੀ ਲੈ ਲਈ ਮੇਰੀ ਚਾਹ ਕੇ ਤੇ ਮੈਂ ਗੱਲ ਵੀ ਕੋਈ ਨਹੀਂ ਕੀਤੀ ਸਿਰਫ ਤੇਰੇ ਮੂੰਹ ਨੂੰ ਇਹ ਤਾਂ ਗੱਲ ਵਾਕਈ ਗੌਰ ਕਰਨ ਵਾਲੀ ਏ ਤੇਰੇ ਉੱਤੇ ਕਾਲੀ ਚੁੰਨੀ ਵੀ ਸੋਹਣੀ ਲੱਗਦੀ ਏ ਨਾ ਰੋਲਾ ਤਾਂ ਇਸ ਗੱਲ ਦਾ ਏ ਜਦੋਂ ਤੂੰ ਕਾਲੀ ਚੁੰਨੀ ਪਾ ਕੇ ਬੈਠੀ ਹੋਣੀ ਐਂ ਲੱਗਦਾ ਜਿਵੇਂ ਬੱਦਲਾਂ ਦੇ ਵਿੱਚੋਂ ਚੰਨ ਨਿਕਲਿਆ ਖੜਾ ਮੈਂ ਇਹ ਗੱਲਾਂ ਬਾਅਦ ਵਿੱਚ ਕਰੀ ਠੀਕ ਹੈ ਮੈਨੂੰ ਇਹ ਨਾ ਜਿਹੜੀਆਂ ਜੁਗਤਾਂ ਦੇ ਵਿੱਚ ਨਾ ਲੈ ਕੇ ਤਾਂ ਮੈਨੂੰ ਜ਼ੇਵਰ ਚਾਹੀਦਾ ਜਾਂ ਜੋ ਕੁਝ ਵੇਚਣਾ ਵੇਚ ਮੈਨੂੰ ਜ਼ੇਵਰ ਚਾਹੀਦਾ ਇਹਨੂੰ ਘਰੋਂ ਬਾਹਰ ਕੱਢ ਮੈਂ ਇਹਨੂੰ ਨਹੀਂ ਬਰਦਾਸ਼ਤ ਕਰ ਸਕਦੀ ਆਏ ਆਪਾਂ ਇਹਦੀ ਸ਼ਾਦੀ ਕਰ ਦੇਣੀ ਮੱਛਰ ਨਾਲ ਕਦੋਂ ਕਰਸੇ ਭਾਵੇਂ ਆਪਾਂ 6 ਮਹੀਨੇ ਨੂੰ ਕਰ ਦਿਸਾ ਤੂੰ ਜਾ ਕੇ ਗੱਲ ਕਰ ਲਵੀਂ 6 ਮਹੀਨੇ ਹੋਰ ਕੀ 6 ਮਹੀਨੇ ਨਹੀਂ ਹਫਤੇ ਦੇ ਵਿੱਚ ਇਹਦਾ ਨਿਕਾਹ ਕਰ ਚਲੋ ਠੀਕ ਹੈ ਆਪਾਂ ਉਹਦੀ ਹਫਤੇ ਦੇ ਵਿੱਚ ਸ਼ਾਦੀ ਕਰ ਦਿਸਾ ਇੰਨਾ ਟੈਨਸ਼ਨ ਨਾ ਲਈ ਕੀਤੀ ਕਰ ਤੇ ਟੈਨਸ਼ਨ ਨਾ ਬਣਾਈ ਕੀਤੀ ਕਰ ਤੁਹਾਡੇ ਘਰ ਆ ਕੇ ਤੇ ਮੈਂ ਡਿਪਰੈਸ਼ਨ ਦੀ ਮਰੀਜ਼ ਹੋ ਗਈ ਆ ਮੈਂ ਜਾਂਦੀ ਪਈ ਆ ਕੱਟ ਹਲੇ ਬੈ ਐਕਸ਼ਨ ਸਾਡੇ ਘਰ ਚ ਆ ਕੇ ਤੂੰ ਡਿਪਰੈਸ਼ਨ ਦੀ ਮਰੀਜ਼ ਹੋ ਗਈ ਮੈਂ ਤਾਂ ਜ਼ਹਿਨੀ ਮਰੀਜ਼ ਹੋ ਗਈ ਆ ਇੱਥੇ ਮੈਨੂੰ ਇਤਨਾ ਗੁੱਸਾ ਆਉਂਦਾ ਹੈ ਨਾ ਜਿਸ ਵੇਲੇ ਤਿਆਰ ਹੋ ਕੇ ਬੰਦੀ ਏ ਹਾਂ ਐਂ ਜਿਵੇਂ ਉਹਦੇ ਕੋਈ ਹਾਰੇ ਲੈ ਜਿਵੇਂ ਕੋਈ ਉਹਦਾ ਰਿਸ਼ਤਾ ਲੈ ਕੇ ਆਉਂਦਾ ਪਿਆ ਤੇ ਕੋਈ ਗੱਲ ਨਹੀਂ ਡਾਕਟਰ ਅੱਗੇ ਰਸੀਦ ਕੋ ਆਪਾਂ ਇਲਾਜ ਕਰਾ ਵੀ ਸਕਦੇ ਨੇ ਦਿਮਾਗ ਦਾ ਤੂੰ ਆਪਣੀ ਜੁੱਤਾਂ ਬੰਦ ਕਰ ਮੈਂ ਜਾਂਦੀ ਪਈ ਮੈਂ ਤਾਂ ਕੋਈ ਹਾਸੇ ਵਾਲੀ ਗੱਲ ਵੀ ਕਰ ਲਵਾਂ ਤਾਂ ਮੋਢੀ ਆ ਤੂੰ ਲੜਦੀ ਏ ਤੇ ਜੇ ਹਾਸੇ ਵਾਲੀ ਨਾ ਗੱਲ ਕਰੀਏ ਤਾਂ ਹੋਰ ਵੀ ਲੜਦੀ ਹੁਣ ਕੀ ਕਰੀਏ ਚਲੋ ਬੈਣ ਦੀ ਸ਼ਾਦੀ ਕਰਨੀ ਪਵਣੀ ਆਖਰਕਾਰ ਦੀਆਂ ਦਾ ਦਨ ਪਰਾਇਆ ਹੁੰਦਾ ਹੈ।